ਆਹੋ ਜਿਹੜੇ ਬੰਦਾ ਹੁਣ ਭੇਜਿਆ ਨਾ ਗੁਰਜੀਤ ਉਹਨਾਂ ਨੇ ਸਾਨੀ ਇਹ ਬੰਦਾ ਖਤਮ ਹੋਇਆ ਕਿ ਨਿਕਲੇ ਨਾ ਮੁੜ ਕੇ ਇਹਨਾਂ ਕਹੇ ਵੀ ਫਲਾਣਾ ਇਕੱਲਾ ਲੈ ਗਿਆ ਫਲਾਣਾ ਲੈ ਗਿਆ दरवाजा खोल दे आप चुकूगा आप बैठ चुके हो चेक करा फोटो तो आ गई है पा थोड़ा जहा पीछे
ਖਲੋਵਾ ਯਾਰ ਸਿੱਧੇ ਹੋ ਕੇ ਜਿੱਦਾਂ ਖਲੋਈਦਾ ਇੱਧਰ ਨੂੰ ਬੋਤੇ ਸਾਰਾ ਭਾਈ ਜੀ ਖਲੋਇਓ ਨਾਲੇ ਜਿਹੜਾ ਤੇ ਬਾਹਰ ਹੋਰ ਬਣਾਵਾਂ ਮੰਮੀ ਬਾਕੀ ਵੱਖਰੇ ਕਰ ਲੋ ਠੀਕ ਹੈ ਸਰ ਠੀਕ ਹੈ ਅੱਖਾਂ ਵੀ ਹਾਂਜੀ ਕਿਹੜੀ ਆ ਜੀ ਉਹ ਲੰਦੀ ਯਾਰ ਸਿੱਧੇ ਹੋ ਜਾਓ ਇੱਕ ਵਾਰ ਖਿੱਚਣ ਦੇ ਤੜੀਆਂ ਆ ਗਿਆ ਜੀ ਫਤਿਹਗੜ੍ਹ ਚੂੜੀਆਂ ਦੇ ਇੱਕ ਹੋਰ ਮੁੰਡਾ ਤੁਹਾਡੀ ਇਹਨਾਂ ਨੂੰ ਕੁਲਵੰਤ ਹੋਣਾ ਨਾਲ ਇਹ ਸਪੈਸ਼ਲ ਓਪਰੇਸ਼ਨ ਅਭਿਆਨ ਹੈਗਾ ਸੀ ਇਹ ਮੁਸਤਾਬਾਦ ਇਲਾਕਾ ਇੰਦਰਾ ਕਲੋਨੀ ਟੋਂਗਵਾਲਾ ਕਬੀਰ ਨਗਰ 88 ਫੁੱਟ ਰੋਡ ਅਮਨ ਐਵੀਨਿਊ ਸ਼੍ਰੀ ਰਾਮ ਐਵੀਨਿਊ ਵਿੱਚ ਜਿਹੜੇ ਕਾਫੀ ਸ਼ੱਕੀ ਬੰਦੇ ਆ ਉਹਨਾਂ ਨੂੰ ਰਾਊਂਡ ਅਪ ਕਰਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿੰਨੇ ਬੰਦੇ ਹੁਣ ਤੱਕ ਸ਼ੱਕ ਦੇ ਆਧਾਰ ਤੇ ਫੜੇ ਗਏ ਨੇ ਕਾਫੀ ਬੰਦੇ ਆ ਉਸ ਤੋਂ ਬਾਅਦ ਅਸੀਂ ਕਿਹੜੇ ਕਿਹੜੇ ਇਹਨਾਂ ਦੇ ਮੁਕੱਦਮੇ ਸੀ ਜਿਹੜੇ ਕਿ ਘਰੋਂ ਭਗੌੜੇ ਵੀ ਆ ਤਿੰਨਾਂ ਘਰ ਤਾਲੇ ਵੀ ਲੱਗੇ ਆ ਇਹ ਸਾਰਾ ਅਸੀਂ ਕਰ ਰਹੇ ਇਨਕੁਆਇਰੀ ਜੋ ਵੀ ਹੋਗੀ ਫਿਰ ਤੁਹਾਨੂੰ ਬਾਕੀ ਸ਼ਾਮ ਨੂੰ ਕੋਈ ਫੜਿਆ ਗਿਆ ਇਹਨਾਂ ਵੱਲੋਂ ਕੋਈ ਸਮਾਨ ਸਮੂਨ ਫੜਿਆ ਨਹੀਂ ਅਜੇ ਤੱਕ ਇਹੋ ਜਿਹੀ ਕੋਈ ਬਰਾਮਦਗੀ ਨਹੀਂ ਹੋਈ ਬਾਕੀ ਸ਼ੱਕੀ ਬੰਦੇ ਅਸੀਂ ਰੋਂਡ ਅਪ ਕੀਤੇ ਨਹੀਂ ਜਿਹੜੇ ਬੰਦੇ ਚੁੱਕਦੇ ਪਏ ਆਪਾਂ ਕਿਹੜੇ ਆ ਰੋਂਡ ਅਪ ਕੀਤੇ ਆ ਜਿਹੜੇ ਸਾਡੇ ਸ਼ੱਕੀ ਨੇ ਜਿਹੜੇ ਕੋਈ ਲਿਸਟਡ ਨੇ ਬੇਲ ਆਊਟ ਨੇ ਅੱਛਾ ਕੋਈ MBBS ਵਾਲਾ ਹੋਵੇ ਜਾਂ ਸ਼ਰਾਬ ਵਾਲਾ ਹੋਵੇ ਕੋਈ ਸਾਰੇ ਹਰ ਤਰ੍ਹਾਂ ਦੇ ਅਸੀਂ ਕੋਈ ਵੀ ਕ੍ਰਾਈਮ ਨਾਲ ਰਿਲੇਟਡ ਹੋਵੇ ਇਹ ਜੇ ਕੋਈ ਇੱਕ ਅਗੇਂਸਟ ਜਿਵੇਂ ਵੀ ਕੋਈ ਕ੍ਰਾਈਮ ਦੇ ਬੰਦੇ ਫੜਨੇ ਕੋਈ ਵੀ ਅਸੀਂ ਪ੍ਰੀਵੈਂਟਿਵ ਦੇ ਲਿਹਾਜ਼ ਨਾਲ ਸਪੈਸ਼ਲ ਓਪਰੇਸ਼ਨ ਅਭਿਆਨ ਹੈਗਾ ਉਸ ਸਿਲਸਿਲੇ ਅਸੀਂ ਰੇਟ ਕਰਦੇ